ਹਾਂਜੀ ਦੋਸਤੋ, ਅੱਜ ਆਪਾਂ ਘੱਗਰ ਦਰਿਆ ਸਰਦੂਲਗੜ੍ਹ ਵਿਖੇ ਦੁਬਾਰਾ ਫਿਰ ਤੋਂ ਪਹੁੰਚੇ ਹਾਂ। ਤਾਂ ਕੁਝ ਦਿਨ ਪਹਿਲਾਂ ਜੋ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦਿਖਾਇਆ ਗਿਆ ਸੀ, ਜੋ ਘੱਗਰ ਦਰਿਆ ਨੂੰ ਡੂੰਘਾ ਕਰਨ ਲਈ ਉਸ ਦੇ ਵਿੱਚੋਂ ਮਿੱਟੀ ਕੱਢੀ ਜਾ ਰਹੀ ਸੀ ਅਤੇ ਇਸ ਨੂੰ ਪੱਧਰਾ ਕੀਤਾ ਜਾ ਰਿਹਾ ਸੀ। ਸੋ ਹੁਣ ਤੁਸੀਂ ਜੋ ਦੇਖ ਰਹੇ ਹੋ, ਜੋ ਘੱਗਰ ਦਰਿਆ ਦੇ ਵਿੱਚ ਇਹ ਪਾਣੀ ਆਇਆ ਹੈ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਅਤੇ ਜੋ ਇਹ 2-3 ਦਿਨਾਂ ਦਾ ਇਹ ਪਾਣੀ ਆਇਆ ਹੈ ਘੱਗਰ ਦਰਿਆ ਦੇ ਵਿੱਚ, ਸੋ ਇਹ ਪਾਣੀ ਜੋ ਬਾਰਿਸ਼ ਦਾ ਪਾਣੀ ਹੈ, ਨਿਕਾਸੀ ਦਾ ਪਾਣੀ ਆ ਰਿਹਾ ਹੈ ਜਾਂ ਕਿਤੇ ਕੋਈ ਸਫਾਈ ਚੱਲ ਰਹੀ ਹੈ ਉਸਦਾ ਪਾਣੀ ਆ ਰਿਹਾ ਹੈ। ਦਰਿਆਵਾਂ ਦੇ ਵਿੱਚੋਂ ਕਿਤੋਂ ਵੀ ਕੋਈ ਹਜੇ ਤੱਕ ਪਾਣੀ ਨਹੀਂ ਛੱਡਿਆ ਗਿਆ। ਸੋ ਇਹ ਨੋਰਮਲ ਪਾਣੀ ਹੈ। ਕਈ ਵਾਰ ਕੀ ਹੁੰਦਾ ਹੈ, ਕੋਈ ਨਾ ਕੋਈ ਕਹਿ ਦਿੰਦਾ ਹੈ ਕਿ ਜੀ ਸਰਦੂਲਗੜ੍ਹ ਦੇ ਘੱਗਰ ਦਰਿਆ ਦੇ ਵਿੱਚ 1 ਫੁੱਟ ਪਾਣੀ ਆ ਗਿਆ ਹੈ, 1 ਫੁੱਟ ਅੱਗੇ ਹੋਰ ਆਉਣਾ ਹੈ। ਸੋ ਅਫਵਾਹਾਂ ਤੋਂ ਬਚੋ। ਜਿਵੇਂ ਤੁਹਾਨੂੰ ਹੋਰ ਚੈਨਲਾਂ ਵਾਲੇ, ਜਿਵੇਂ ਸਰਦੂਲਗੜ੍ਹ ਦੇ ਕਈ ਚੈਨਲ ਨੇ, ਉਹ ਚੈਨਲ ਤੁਹਾਨੂੰ ਅਪਡੇਟ ਦੇਣਗੇ ਜਾਂ ਮੇਰਾ ਚੈਨਲ ਅਪਡੇਟ ਦਏਗਾ ਕਿ ਘੱਗਰ ਦੇ ਵਿੱਚ ਪਾਣੀ ਹੋਰ ਆਇਆ ਜਾਂ ਨਹੀਂ। ਹੋਰ ਕਿਸੇ ਵੀ ਵੀਡੀਓ 'ਤੇ ਵਿਸ਼ਵਾਸ ਨਾ ਕਰਿਓ। ਤਾਂ ਇਸ ਵੀਡੀਓ ਦਾ ਮਤਲਬ ਇਹੀ ਹੈ ਕਿ ਸਹੀ ਅਪਡੇਟ ਪ੍ਰਾਪਤ ਕਰੋ ਅਤੇ ਜਾਂ ਤੁਸੀਂ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ। ਧੰਨਵਾਦ ਜੀ।